ਸੋ ਮੇਰੀ ਬੈਕ ਸਾਈਡ ਤੇ ਤੁਸੀਂ ਇਹ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਦੇਖ ਰਹੇ ਹੋ, ਇਹ ਕਿਸਾਨਾਂ ਵੱਲੋਂ ਲਗਾਈਆਂ ਗਈਆਂ ਨੇ ਸ਼ੰਭੂ ਬਾਰਡਰ ਦੇ ਉੱਪਰ। ਸੈਂਟਰ ਸਰਕਾਰ ਨੇ ਜਿਹੜਾ ਹੈ ਸ਼ੰਭੂ ਬਾਰਡਰ ਨੂੰ ਟੋਟਲ ਬੰਦ ਕਰ ਦਿੱਤਾ ਗਿਆ, ਔਰ ਅਥਰੂ ਗੈਸ ਦੇ ਗੋਲੇ ਕੱਲ ਤੋਂ ਹੀ ਦੱਗੇ ਜਾ ਰਹੇ ਨੇ, ਪਰ ਕਿਸਾਨਾਂ ਦੇ ਹੌਸਲੇ ਬੁਲੰਦ ਨੇ। ਮੇਰੇ ਨਾਲ ਕਿਸਾਨ ਜਥੇਬੰਦੀਆਂ ਨੇ ਕੁਛ ਲੋਕ ਖੜੇ ਨੇ, ਕਿਆ ਨਾਮ ਹੈ ਤੁਹਾਡਾ? ਨਰਿੰਦਰ ਸਿੰਘ ਜੀ। ਹਾਂਜੀ ਨਰਿੰਦਰ ਸਿੰਘ, ਕਿੱਥੋਂ ਆਏ ਹੋ? ਆਪਣਾ ਘਨੌਰ ਬਲੋਕ, ਆਪਣਾ ਜ਼ਿਲ੍ਹਾ ਪਟਿਆਲਾ। ਕੀ ਕਰਾਉਣਾ ਹੈ ਅੱਜ? ਅਸੀਂ MSC ਲਾ ਲਿਓ, ਹੋਰ ਲਾ ਲਿਓ, ਹੋਰ ਸਮਝੌਤੇ ਵਾਸਤੇ ਹੈ ਜੀ। ਫਿਰ ਪੂਰੀ ਹੋਣਗੀਆਂ? ਹੋਣਗੀਆਂ, ਅਸੀਂ ਜਦੋਂ। ਸੋ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਮਨਾਉਣ ਲਈ ਆਏ ਨੇ। ਭਾਈ ਸਾਹਿਬ ਕੀ ਨਾਮ ਹੈ? ਲਖਵੀਰ ਸਿੰਘ। ਲਖਵੀਰ ਜੀ ਕਿੱਥੋਂ ਆਏ ਹੋ? ਖਾਨਪੁਰ ਕੰਡੇ। ਕਦੋਂ ਆਏ ਸੀਗੇ? ਅੱਜ। ਅੱਜ ਆਏ ਹੋ, ਕਿਆ ਮੰਗਾਂ ਬਣਾਉਣਾ? ਪਰਸੋਂ ਆਏ ਸੀ ਅਸੀਂ 10 ਤਰੀਕ ਨੂੰ। ਕੀ ਮੰਗਾਂ ਬਣਾਉਣਾ ਹੈ ਤੁਸੀਂ? ਅਸੀਂ ਉਹੀ ਆਪਣੇ ਬਿਜਲੀ ਸੋਧ ਵੀ ਲੈ ਕੇ, ਸਾਡਾ ਇੱਕ MSP ਗਰੰਟੀ ਹੈ। ਤੇ ਕੀ ਲੱਗਦਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਇਕੱਠੀਆਂ ਨੇ, ਕੀ ਤੁਹਾਨੂੰ ਲੱਗਦਾ ਵੀ ਇਹ ਇਕੱਠੀਆਂ ਸਾਰੀਆਂ ਇਕੱਠੀਆਂ ਕੀ ਲੱਗਦਾ ਸੈਂਟਰ ਸਰਕਾਰ ਗੱਲ ਮੰਨੂਗੀ? ਮੰਨੂਗੀ ਮੰਨੂਗੀ। ਜੇ ਨਾ ਮੰਨੀ? ਨਾ ਮੰਨੀ, ਅਸੀਂ ਬੈਠੇ ਹਾਂ ਉੱਥੇ ਫਿਰ। ਅੱਛਾ, ਇੱਕ ਜਿਹਨੇ ਹੁਣ ਪੱਥਰੂਗਾ, ਇਹਦੇ ਗੋਲੇ ਵੀ ਛੱਡੇ ਜਾ ਰਹੇ ਨੇ, ਹੈਨਾ, ਬੈਰੀਅਰ ਵੀ ਲਗਾ ਦਿੱਤਾ ਗਿਆ, ਬਾਰਡਰ ਪੂਰਾ ਸੀਲ ਕਰ ਦਿੱਤਾ ਗਿਆ। ਇਹਨਾਂ ਦਾ ਦਿਮਾਗ ਖਰਾਬ ਹੋ ਰਿਹਾ। ਤਾਂ ਭੈਣ ਜੀ, ਫਿਰ 84 ਵਾਲਾ ਮਾਹੌਲ ਫਿਰ ਕਰਨੇ ਨੂੰ ਤਕਾ ਰਹੇ ਨੇ ਨਾ, ਫਿਰ ਅੱਕ ਗਏ, ਸਾਡੇ ਪੰਜਾਬੀ ਦਾ ਪਿੱਛੇ ਹਟਦੇ ਨਹੀਂ ਹੈ ਫਿਰ। ਤੇ ਮਤਲਬ ਹੁਣ ਪੂਰਾ ਡਟਿਆ ਹੋਇਆ ਕੰਮ ਪੂਰਾ? ਹਾਂ ਡਟਿਆ ਵਾ। ਫਿਰ ਜ਼ਿਆਦਾ ਜ਼ਿਆਦਾ ਮਾਰੂਗੇ ਸਾਲਾ, ਇਸ ਤਰ੍ਹਾਂ ਮਰਨੇ ਨਾਲੋਂ ਤਾਂ ਫਿਰ ਗੋਲੀ ਖਾ ਕੇ ਮਰਨਾ ਠੀਕ ਹੈ। ਤਾਂ ਤੁਸੀਂ ਦੇਖ ਰਹੇ ਹੋ ਕਿ ਕਿਉਂਕਿ ਰਸ਼ ਬਹੁਤ ਜ਼ਿਆਦਾ ਹੈ, ਔਰ ਗੱਡੀਆਂ ਇੱਥੋਂ ਨਿਕਲ ਰਹੀਆਂ ਨੇ, ਐਂਬੂਲੈਂਸ ਜਿਹੜੀ ਹੈ ਇੱਥੋਂ, ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜਾ ਹੈ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ, ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਭਾਈ ਕੀ ਨਾਮ ਆ ਤੁਹਾਡਾ? ਸਤਨਾਮ ਸਿੰਘ। ਸਤਨਾਮ ਸਿੰਘ ਕਿੱਥੋਂ ਆਏ ਹੋ? ਅਸੀਂ ਆਏ ਜੀ ਤਰਨ ਤਾਰਨ। ਕਿਹੜੀ ਜਥੇਬੰਦੀ ਨਾਲ ਜੁੜੇ ਹੋਏ? ਆਪਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੁੜੇ ਹੋਏ ਹੋ, ਕਿਆ ਮੰਗਾਂ ਲੈ ਕੇ ਜਿਹੜੀ ਹੈ ਅੱਜ ਇਹ ਦੂਜੀ ਵਾਰ ਫਿਰ ਤੁਹਾਨੂੰ ਜਿਹੜਾ ਦਿੱਲੀ ਵੱਲ ਕੂਚ ਕਰਨਾ ਪੈ ਰਿਹਾ, ਕਿਆ ਕਾਰਨ? ਇਹ ਆ ਫਸਲਾਂ ਦੀਆਂ ਗਰੰਟੀਆਂ ਵਾ, ਇਹਨਾਂ ਵਾਅਦਾ ਕੀਤਾ ਸੀਗਾ ਪਿਛਲੇ ਜਦੋਂ ਮੋਰਚਾ ਲੱਗਾ ਸੀ, ਇਹਨਾਂ ਵਾਅਦਾ ਕੀਤਾ ਸੀ ਵੀ ਅਸੀਂ ਮੰਗਾਂ ਤੁਹਾਡੀਆਂ ਮੰਨ ਜਾਵਾਂਗੇ, ਪੂਰੀਆਂ ਕਰਾਂਗੇ, ਪਰ ਇੱਕ ਵੀ ਮੰਗ ਨਹੀਂ ਪੂਰੀ ਕੀਤੀ। ਹੁਣ ਇਹ ਫਿਰ ਇਹਨਾਂ ਨੂੰ ਇਹੋ ਹੀ ਦੱਸਣਾ ਹੈ, ਸਾਡੀਆਂ ਜਿਹੜੀਆਂ ਮੰਗਾਂ ਵਾ, ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸੈਂਟਰ ਸਰਕਾਰ ਅੱਗੇ ਵੀ ਸਾਡੀਆਂ ਮੰਗਾਂ ਦੇ ਦਿਓ, ਪੂਰੀਆਂ ਕਰ ਦਿਓ ਤੇ ਅਸੀਂ ਇੱਥੋਂ ਹੀ ਮੁੜ ਜਾਵਾਂਗੇ। ਅੱਛਾ, ਜੇ ਮੰਗਾਂ ਜਿਵੇਂ ਰਾਤ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਬੈਠਕ ਹੋਈ ਸੀ ਜਿਹਦੀ ਕਿ ਨਾ ਕਾਮਯਾਬ ਰਹੀ ਹੈ, ਜੇ ਕਾਮਯਾਬ ਨਾ ਹੋਇਆ, ਨਾ ਤੁਹਾਨੂੰ ਕੋਈ ਉੱਪਰੋਂ ਮੰਗ ਹੋਈ, ਫਿਰ ਕੀ ਹੋਇਆ? ਇਹ ਜੀ BJP ਦਾ ਪਹਿਲਾਂ ਤੋਂ ਇਹ ਰਵੱਈਆ, ਕੋਈ ਮੰਗ ਪੂਰੀ ਨਹੀਂ ਕੀਤੀ, ਕੋਈ ਕੰਮ ਨਹੀਂ ਕੀਤਾ, ਵੇਖੋ ਇਹ ਲਾਰੇ ਲਾਉਂਦੇ ਰਹੇ ਆ। ਸੋ ਦਿੱਲੀ ਵਾਲਾ ਮੋਰਚਾ ਜਿਹੜਾ ਔਖਣਾ ਹੀ ਲੱਗਿਆ ਰਹੂਗਾ, ਇਹ ਉਤਰਾ ਹੀ ਲੱਗੂਗਾ ਜੀ ਪੂਰਾ। ਹਾਂਜੀ, ਉਦਾਂ ਹੀ ਡਟਾਂਗੇ ਜੀ, ਜੋ ਜਥੇਬੰਦੀਆਂ ਦਾ ਹੁਕਮ ਹੋਊਗਾ, ਜੋ ਜਥੇਬੰਦੀਆਂ ਸਾਨੂੰ ਹੁਕਮ ਦੇਣਗੀਆਂ, ਜਿਹੜੇ ਆਗੂ ਆ ਮਤਲਬ ਸੂਬਾ ਲੈਵਲ ਦੇ ਜਿਹੜੇ ਆਗੂ ਆ, ਸਰਵ ਸਿੰਘ ਜੀ, ਭੰਦੇਰ, ਸੁਖਵਿੰਦਰ ਸਿੰਘ ਜੀ, ਸਵਰਾਜ ਸਾਹਿਬ, ਜੇ ਉਹਨਾਂ ਦੇ ਨਾਲ ਹੀ ਆ ਜੀ, ਜੋ ਉਹਨਾਂ ਦਾ ਫੈਸਲਾ ਹੋਊਗਾ, ਜੇ ਬੈਰੀਕੇਡ ਬਣ ਕੇ ਅੱਗੇ ਜਾਣਾ ਅੱਗੇ ਜਾਵਾਂਗੇ। ਜੇ ਜਿਵੇਂ ਅਥਰੂ ਗੈਸ ਰਾਤ ਦੇ ਅਥਰੂ ਗੈਸ ਛੱਡੇ ਗਏ ਨੇ, ਆ ਤੁਸੀਂ ਦੇਖੋ ਲੋਕਾਂ ਦਾ ਹਾਲ ਦੇਖੋ ਕੀ ਹੈ, ਇਹਨਾਂ ਦੇ ਵਾਸਤੇ ਅਸੀਂ ਵੀ ਲੜਾਈ ਲੜ ਰਹੇ ਹਾਂ, ਸ਼ੰਭੂ ਜਦੋਂ ਕੋਈ ਗੱਡੀਆਂ ਜਿਹੜੀਆਂ ਤੁਹਾਡੇ ਕਰਕੇ ਖੜੇ ਆ। ਤੁਸੀਂ ਦੇਖ ਰਹੇ ਹੋ ਕਿ ਕਿਸਾਨ ਜਥੇਬੰਦੀਆਂ ਦੇ, ਜਦੋਂ ਕਿ ਅਸੀਂ ਇਹਨਾਂ ਦੀ ਪਿੱਛੇ ਹੀ ਲੜਾਈ ਲੜ ਰਹੇ ਹਾਂ, ਉਹ ਟਰੈਕਟਰ ਟਰਾਲੀਆਂ ਕਰਕੇ ਕੁਛ ਜਿਹੜਾ ਹੈ ਨੁਕਸਾਨ ਵੀ ਹੋ ਰਿਹਾ, ਕੁਛ ਮਜਬੂਰੀਆਂ ਵੀ ਨੇ, ਕਿਸਾਨ ਜਥੇਬੰਦੀਆਂ ਨੇ ਵੀ ਮਜਬੂਰੀਆਂ ਨੇ। ਅਜੀ ਕੀ ਕਹਿ ਰਹੇ ਜੀ, ਕਿਵੇਂ ਜਿਹੜਾ ਹੈ ਜਿਹੜਾ ਜਿਵੇਂ ਹੁਣ ਤੁਸੀਂ ਕਹਿ ਰਹੇ, ਤੁਹਾਡਾ ਮਾਈਕ ਪਿੱਛੇ ਕਰਿਓ, ਤੁਸੀਂ ਕਹਿ ਰਹੇ ਜੇ ਨਾ ਕਿ ਜੇ ਮੰਗਾਂ ਤੁਹਾਡੀਆਂ ਨਾ ਮੰਨੀਆਂ ਗਈਆਂ, ਤੇ ਮੰਗਾਂ ਮਨਾਉਣ ਵਾਸਤੇ ਆਏ ਹਾਂ ਇੱਥੇ, ਆਰ ਪਾਰ ਵਾਲਾ ਕੰਮ ਹੈ, ਜੋ ਪਿਛਲੀ ਵਾਰੀ ਕਿਸਾਨ ਆਗੂਆਂ ਨੇ ਕੁਛ ਜਿਹੜੇ ਰਾਜਨੀਤਿਕ ਹਿੱਸਾ ਲੈ ਕੇ ਜਿਹੜਾ ਕੰਮ ਉਹਨਾਂ ਨੇ ਕਰ ਲਿਆ, ਉਹ ਕੁਛ ਆਗੂ ਸੀ, ਸਾਰੇ ਆਗੂ ਨਹੀਂ ਸੀ ਉਹ, ਜੋ ਕਿਸਾਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਆਗੂ ਸੀ ਨਾ ਉਹਨਾਂ ਦਾ ਇਹ ਫੈਸਲਾ ਨਹੀਂ ਕਿ ਵੋਟਾਂ ਵਿੱਚ ਖੜਦਾ ਵਾ ਹਨਾ, ਤੇ ਜਿਹੜੀ ਗਲਤੀ ਉਹਨਾਂ ਪਿਛਲੀ ਵਾਰੀ ਕੀਤੀ ਉਹ ਇਸ ਵਾਰੀ ਗਲਤੀ ਨਹੀਂ ਹੋਊਗੀ। ਐਤਕੀ ਮਤਲਬ ਕਿ ਮੰਗਾਂ ਜਿੰਨਾ ਚਿਰ ਨਹੀਂ ਮੰਨੀਆਂ ਜਾਣਗੀਆਂ ਕਿਤੇ ਵੀ ਕਿਸਾਨ ਨਹੀਂ ਜਾਣਗੇ ਵਾਪਸ, ਰਾਜਨੀਤੀ ਦੇ ਵਿੱਚ ਹਿੱਸਾ ਲਿਆ ਕੁਛ ਹੀ ਪਾਰਟੀਆਂ ਸੀ ਸਾਰੀਆਂ, ਅੱਜ ਉਹ ਜਥੇਬੰਦੀਆਂ ਨਾਲ ਹੈ ਕਿ ਨਹੀਂ ਹੈ? ਨਹੀਂ ਜੀ ਸਾਨੂੰ ਨਹੀਂ ਪਤਾ, ਸਾਡੀ ਜਥੇਬੰਦੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹਦੇ ਜਿਹੜੇ ਪੰਜਾਬ ਦੇ ਪ੍ਰਧਾਨ ਆ ਉਹ ਹੈਗੇ ਆ ਸੁਖਜਿੰਦਰ ਸਿੰਘ ਜੀ ਸਭਰਾ ਸਾਹਿਬ, ਸਰਵਣ ਸਿੰਘ ਜੀ ਪੰਦੇਰ, ਅਸੀਂ ਤਾਂ ਉਹਨਾਂ ਦਾ ਹੁਕਮ ਮੰਨਣਾ ਜੋ ਉਹਨਾਂ ਦਾ ਹੁਕਮ ਆ। ਜੇ ਉਹਨਾਂ ਨੇ ਕਿਹਾ ਵਾਪਸ ਚਲੋ ਵਾਪਸ ਚਲ ਜਾਵਾਂਗੇ, ਜੇ ਉਹਨਾਂ ਨੇ ਕਿਹਾ ਕਿ ਬੈਰੀਕੇਡ ਭੰਨ ਕੇ ਅੱਗੇ ਜਾਣਾ ਅਸੀਂ ਅੱਗੇ ਜਾਵਾਂਗੇ, ਡਟੇ ਹਾਂ ਬਿਲਕੁਲ। ਹੌਸਲੇ ਬੁਲੰਦ ਨੇ ਕਿਸਾਨਾਂ ਦੇ, ਜੇਕਰ ਕਿਹਾ ਕਿ ਇਹਨਾਂ ਨੇ ਕਿ ਜੇਕਰ ਬੈਰੀਅਰ ਤੋੜਨੇ ਵੀ ਪਏ ਤਾਂ ਬੈਰੀਅਰ ਤੋੜੇ ਵੀ ਜਾਣਗੇ, ਜੇਕਰ ਸੰਘਰਸ਼ ਕਮੇਟੀ ਦੇ ਮੈਂਬਰਾਂ ਵੱਲੋਂ ਫੈਸਲਾ ਹੋਇਆ ਕਿ ਵਾਪਸ ਜਾਣਾ ਤਾਂ ਇਹ ਸੰਘਰਸ਼ ਜਿਹੜਾ ਹੈ ਉਹ ਖਤਮ ਵੀ ਹੋ ਸਕਦਾ ਜੇਕਰ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ। ਕੀ ਨਾਮ ਹੈ ਜੀ? ਸਤਨਾਮ। ਤਾਂ ਜੀ ਕਿੱਥੋਂ ਆਏ ਹੋ? ਅਸੀਂ ਜ਼ਿਲ੍ਹਾ ਨਾਮਤ ਗੁਰੂ ਸਾਹਿਬ। ਕਦੋਂ ਤੁਰੇ ਸੀਗੇ? ਅਸੀਂ ਅੱਜ ਦੂਜਾ ਦਿਨ ਹੈ। ਅੱਜ ਦੂਜਾ ਦਿਨ ਆ, ਕਿੱਥੇ ਰੁਕੇ ਤੁਸੀਂ ਪਹਿਲਾਂ? ਅਸੀਂ ਜੀ ਪਹਿਲਾਂ ਨਾਨਕਸਰ ਗੁਰਦੁਆਰਾ ਜੀ। ਅੱਛਾ, ਕੀ ਹੁਣ ਜਿਹੜੀ ਲੜਾਈ ਫਿਰ? ਹੁਣ ਲੜਾਈ ਤੇ ਜੇ ਅਸੀਂ ਜੇ ਸਾਨੂੰ ਰਸਤਾ ਦੇ ਦੇਣ ਤੇ ਗਾਂ ਜਾ ਕੇ ਜਿਹੜਾ ਕੰਮ ਆ ਫਿਰ ਅਸੀਂ ਕਰਾਂਗੇ, ਤੇ ਜੇ ਕਾਨੂੰਨ ਰੱਦ ਕਰ ਦੇਣ ਸਾਡੀਆਂ ਜਿਹੜੀ ਮੰਗਾਂ ਮੰਨ ਲੈਣ, ਜੇ ਰਸਤਾ ਨਾ ਮਿਲਿਆ ਫਿਰ? ਰਸਤਾ ਤਾਂ ਮਿਲੂਗਾ ਜੀ, ਹੁਣ ਦੇਣਗੇ, ਰਸਤਾ ਤਾਂ ਦੇਣਾ ਹੀ ਪੈਣਾ ਜੀ, ਰਸਤਾ ਦੇਣਾ ਪੈਣਾ। ਹਾਂਜੀ ਹਾਂਜੀ। ਅੱਛਾ, ਫਿਰ ਸੰਘਰਸ਼ ਪੂਰਾ ਤੇ ਜਿਵੇਂ ਬੈਰੀਅਰ ਲਗਾ ਦਿੱਤਾ ਗਿਆ? ਹਾਂਜੀ ਹਾਂਜੀ। ਅਥਰੂ ਗੈਸ ਦੇ ਗੋਲੇ ਕੱਲ ਵੀ ਛੱਡੇ ਜਾ, ਕੋਈ ਗੱਲ ਨੀ ਜੀ, ਮੰਡੇ ਮਾਰ ਦਿਨ ਪਹੁੰਚੋ, ਮਰਜ਼ੀ ਹਟਣਾ ਨੀ। ਲੜਾਈ ਮਰਨ ਮਿਟਣ ਦੀ ਹੈ? ਹਾਂਜੀ ਹਾਂਜੀ। ਨਹੀਂ ਜੀ, ਜਦੋਂ ਸਾਡੇ ਸਾਰਾ ਕੁਛ ਹੀ ਲੈ ਚੱਲਿਆ ਤੇ ਇਹ ਮੋਦੀ ਨੂੰ ਹੁਣ ਅਸੀਂ ਐਂ ਥੋੜਾ ਹੁਣ। ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਹੁਣ ਹਰ ਜਿਹੜਾ ਕਿਸਾਨ ਹੈ ਇੱਕੋ ਗੱਲ ਕਹਿ ਰਿਹਾ ਹੈ ਕਿ ਲੜਾਈ ਮਰ ਮਿਟਣ ਦੀ ਲੜਾਈ ਹੈ। ਸੋ ਜਥੇਬੰਦੀਆਂ ਦੇ ਅਜਿਹੇ ਨਹੀਂ ਹਟਾਂਗੇ, ਇਹ ਬੈਰੀਅਰ ਬੂਰੀਅਰ ਨਹੀਂ ਹਟਨੇ। ਹੁਣ ਤੇ ਘਰਬਾਰ ਛੱਡ ਕੇ ਆਏ ਹੋ? ਨਾ ਵੀ ਅਸੀਂ ਉਹਦੀ ਜਾਨ ਕੁਰਬਾਨ ਕਰਨ ਵਾਸਤੇ ਆਏ ਆ। ਅਸੀਂ ਐਮਐਸਪੀ ਨਹੀਂ ਆਏਗੇ, ਹੁਣ ਲੈ ਕੇ ਕੋਈ ਜਾਾਂਗੇ ਐਵੇਂ ਖਾਲੀ ਨਹੀਂ ਜਾਂਦੇ, ਵਾਪਸ ਨਹੀਂ ਜਾਵਾਂਗੇ ਪਰ ਸਾਡੀਆਂ ਜਾਨਾਂ ਚਲੀਆਂ ਜਾਣ। ਬਿਲਕੁਲ। ਪਿਛਲੀ ਵਾਰ ਵੀ ਬੜਾ ਲੰਬਾ ਸਮਾਂ ਸੰਘਰਸ਼ ਕੀਤਾ ਔਰ ਕੁਝ ਜਥੇਬੰਦੀਆਂ ਵੱਲੋਂ ਜਿਹੜਾ ਹੈ ਪਾਰਟੀਆਂ ਦੇ ਨਾਲ ਸਮਝੌਤੇ ਕੀਤੇ ਗਏ ਜਾਂ ਕੀ ਹੋਇਆ, ਪਾਰਟੀਆਂ ਨੇ ਆਸ਼ਵਾਸਨ ਦਿੱਤਾ ਸੀਗਾ, ਉਸ ਤੋਂ ਬਾਅਦ ਵੀ ਲੰਬਾ ਸਮਾਂ ਨਿਕਲ ਗਿਆ ਸੀਗਾ। ਅੱਜ ਦੂਜੀ ਵਾਰ ਸਾਡੇ ਨਾਲ ਧੋਖਾ ਕੀਤਾ ਮੋਦੀ ਨੇ, ਧੋਖਾ ਕਰਕੇ ਸਾਡੇ ਨਾਲ, ਤੇ ਫਿਰ ਸਾਨੂੰ ਦੁਬਾਰਾ ਆਉਣਾ ਪਿਆ ਏ। ਇਸ ਵਾਰ ਕੰਮ ਕਿੰਨਾ ਕੁ ਸਾਡਾ, ਇੱਕ ਮਾੜਾ ਜਿਹਾ ਕੰਮ ਏ। ਹੁਣ ਫਿਰ ਰੋਟੀ ਮਿਸਤਰੀ ਸਭ ਨਾਲ ਲੈ ਕੇ ਆਏ? ਸਰਕਾਰ ਅਸਲ ਦੇ ਵਿੱਚ ਕੋਈ ਵੱਡਾ ਐਡਾ ਇਸ਼ੂ ਨਹੀਂ ਹੈਗਾ। ਐਮਐਸਪੀ ਜਿਹੜੇ ਕਾਨੂੰਨ ਗਰੰਟੀ ਏ ਉਹਦੇ ਵਿੱਚ ਇਹਨਾਂ ਨੇ ਤਿੰਨ ਗ੍ਰੇਡ ਬਣਾਏ ਨੇ, ਏ ਬੀ ਸੀ ਤੇ ਸੀ, ਏ ਬੀ ਤੇ ਸੀ। ਚਲੋ ਮੰਨ ਲਓ ਸਾਡਾ ਫਸਲ ਕਿਸੇ ਵੀ 1921 ਹੁੰਦਾ ਹੈ, 2700 ਦਾ ਜਿਹੜਾ ਉਹ ਮਤਲਬ 2500-2600 ਦੇ ਆ ਜਾਂਦਾ, ਸੀ 'ਚ ਆ ਜਾਂਦਾ ਤੇ ਉਦੋਂ 100 ਰੁਪਈਆ ਘੱਟ ਜਾਂਦਾ। ਇਹਦੇ ਵਿੱਚ ਵਪਾਰੀ ਨੂੰ ਵੀ ਮਤਲਬ ਐਡੀ ਔਖਿਆਈ ਨਹੀਂ ਹੈਗੀ ਖਰੀਦਣ ਦੇ ਵਿੱਚ। ਸਰਕਾਰ ਤਾਂ ਇੱਕ ਵੱਡਾ ਐਡਾ ਇਸ਼ੂ ਪਾਠ ਜਿਹੜਾ ਬਣਾ ਕੇ ਬੈਠੀ, ਸਾਡੇ ਤਾਂ ਖਰ ਕੀ ਪਾਠ ਟੁੱਟ ਜਾਂਦਾ। ਇਹ ਕਾਨੂੰਨ ਬਣਾਉਣ ਦੇ ਨਾਲ ਸਰਕਾਰ ਦੀ ਉਦੋਂ ਸਲਾਹਣਾ ਆਵੇ ਤੇ ਵਪਾਰੀ ਉਦੋਂ ਸੌਖਾ ਹੋ ਜਾਂਦਾ। ਇਹ ਸਰਕਾਰ ਨੂੰ ਖੁੱਲ੍ਹੇ ਦਿਲ ਦੇ ਨਾਲ ਇਹ ਪਾਸ ਪਾਰਲੀਮੈਂਟ 'ਚ ਕਰ ਦੇਣਾ ਚਾਹੀਦਾ ਕਾਨੂੰਨ, ਤਾਂ ਕਿ ਉਹ ਸਾਰਿਆਂ ਦੇ ਹਿੱਤਾਂ ਦੇ ਵਾਸਤੇ, ਵਪਾਰੀ ਵੀ ਖਰੀਦੇ ਉਹਨੂੰ ਵੀ ਦਿੱਕਤ ਨਾ ਆਵੇ, ਕਿਉਂਕਿ ਇੰਡਸਟਰੀ ਵਪਾਰੀ ਤੇ ਕਿਸਾਨ ਇਹ ਮਿਲ ਕੇ ਹੀ ਦੇਸ਼ ਦੀ ਤਰੱਕੀ ਹੋ ਸਕਦੀ ਹੈ। ਐਵੇਂ ਨਹੀਂ ਹੋ ਸਕਦੀ, ਸਾਡਾ ਵੀ ਜੀ ਨਹੀਂ ਕਰਦਾ ਵੀ ਅਸੀਂ ਰੋਜ਼ ਦੇ ਸੜਕਾਂ 'ਤੇ ਆਈਏ, ਦੁਨੀਆ ਨੂੰ ਪਰੇਸ਼ਾਨ ਕਰੀਏ। ਅਤੇ ਸਰਕਾਰ ਨੂੰ ਅਸੀਂ ਬੇਨਤੀ ਕਰਨੇ ਹਾਂ, ਅਜੇ ਵੀ ਅਸੀਂ ਹੱਥ ਜੋੜ ਕੇ, ਮੋਦੀ ਸਾਹਿਬ ਪ੍ਰਧਾਨ ਮੰਤਰੀ ਇੱਕ ਪਿਤਾ ਦੇ ਸਮਾਨ ਹੁੰਦਾ ਹੈ, ਉਹਨੂੰ ਚਾਹੀਦਾ ਵੀ ਇਹ ਲੋਕਾਂ ਦੀ ਮੰਨ ਲਏ, ਤੇ ਵੱਡਾ ਐਡਾ ਇਸ਼ੂ ਨਹੀਂ ਜਿੱਡਾ ਪਹਾੜ ਸਮਝੀ ਖਲੇ। ਬਹੁਤ ਵੱਡੀ ਗੱਲ ਕਹੀ ਹੈ ਕਿ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਇੱਕ ਪਿਓ ਦੇ ਸਮਾਨ ਹੁੰਦਾ, ਜੇਕਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨ ਲਿੱਤੀਆਂ ਜਾਣ ਤਾਂ ਕਿਸਾਨਾਂ ਨੂੰ ਰੋਡਾਂ ਦੇ ਉੱਪਰ ਨਾ ਰੁਲਣਾ ਪਵੇ। ਇਹ ਉਹ ਕਿਸਾਨ ਨੇ ਜਿਹੜੇ ਦਿਨ ਰਾਤ ਕਰਕੇ ਸਾਡੇ ਵਾਸਤੇ ਰਾਸ਼ਨ ਕਰਦੇ ਨੇ, ਸਾਡੇ ਵਾਸਤੇ ਕਣਕ ਜਾਂ ਮੱਕੀ ਬੀਜਦੇ ਨੇ ਔਰ ਅਸੀਂ ਉਹੀ ਰਾਸ਼ਨ ਖਾਂਦੇ ਹਾਂ, ਪਰ ਅੱਜ ਕਿਸਾਨ ਬੜੇ ਲੰਬੇ ਸਮੇਂ ਤੇ ਪਹਿਲਾਂ ਵੀ ਜਿਹੜਾ ਹੈ ਸੜਕਾਂ ਤੇ ਇਹਨਾਂ ਨੇ ਜਾਮ ਲਾਏ ਸੀ, ਅੱਜ ਦੂਜੀ ਵਾਰ ਫਿਰ ਇਹਨਾਂ ਨੇ ਕੂਚ ਜਿਹੜਾ ਦਿੱਲੀ ਵਾਰ ਕੀਤਾ,
ਜੇਕਰ ਸਰਕਾਰ ਅੱਛਾ ਇੱਕ ਗੱਲ ਹੋਰ ਹੈ, ਮੋਦੀ ਸਾਹਿਬ ਨੂੰ ਅੱਜ ਆਪਾਂ ਸਾਰੇ ਲੋਕ ਗਾਲਾਂ ਕੱਢ ਰਹੇ ਹਾਂ ਕਿ ਮੋਦੀ ਸਾਹਿਬ ਗਾਲਾਂ ਵਾਲੇ ਕੰਮ ਹੈ ਕਿ ਕੰਮ ਨਹੀਂ ਹੋਏ। ਜੇਕਰ 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 ਮੋਦੀ ਸਰਕਾਰ ਹੁਣ ਮੰਗਾਂ ਮੰਨ ਲੈਂਦੀ ਹੈ ਕਿਉਂਕਿ ਇਲੈਕਸ਼ਨ ਬਹੁਤ ਜ਼ਿਆਦਾ ਨੇੜੇ ਆ ਚੁੱਕੇ ਨੇ, ਫਿਰ ਅੱਗੇ ਮੋਦੀ ਦੀ ਕੀ ਵਿਸ਼ੇ? ਮੋਦੀ ਜੀ ਫਿਰ ਚਲੋ ਉਹ ਤਾਂ ਰਲ ਮਿਲ ਕੇ ਜਿਵੇਂ ਵੋਟਾਂ ਵੀ ਪੈਣੀਆਂ ਸਾਰੇ ਕੰਮ ਹੋਣਗੇ, ਪਰ ਇਹਨੂੰ ਚਾਹੀਦਾ ਨਾ ਜਿਹੜੇ ਅਬਾਨੀ ਡਾਨੀ ਦੇ ਉਹਨਾਂ ਵਾਸਤੇ ਸਭ ਕੁਝ ਕਰੀ ਜਾਂਦਾ, ਉਹਨਾਂ ਦੇ ਹਜ਼ਾਰਾਂ ਲੱਖਾਂ ਕਰੋੜ ਰੁਪਈਏ ਉਹਨਾਂ ਦੇ ਲੀਕਾ ਮਾਰਦੇ ਤੇ ਜ਼ਮੀਨਦਾਰ ਕਿਸਾਨ ਸਾਰੇ ਕਰਜ਼ਾਈ ਨੇ ਜੀ, ਤੇ ਕਰਜ਼ਾ ਇਹਨਾਂ ਨੇ ਚੜਾਇਆ, ਸਾਨੂੰ ਮਹਿੰਗਾਈ ਨੇ ਮਾਰਿਆ, ਸਾਡਾ ਇੱਕ ਦੋ ਬੰਦਿਆਂ ਦੀ ਖਾਤਰ ਨਿਹਰਾ ਮਤਲਬ ਇੱਕ ਦੋ ਘਰਾਣਿਆਂ ਦੀ ਖਾਤਰ ਜਿਹੜਾ ਲੋਕਾਂ ਨੂੰ ਨਹੀਂ ਮਾਰਨਾ ਚਾਹੀਦਾ, ਜਿਹੜਾ ਮਤਲਬ ਵਪਾਰੀ ਹੈ ਵਪਾਰੀ ਛੋਟੇ ਨੂੰ ਵੀ ਖੁੱਲ੍ਹ ਹੋਣੀ ਚਾਹੀਦੀ ਹੈ, ਜੇ ਵੱਡਿਆਂ ਬਾਣੀਆਂ ਡਾਣੀਆਂ ਨੂੰ ਮਦਦ ਮਿਲਦੀ ਛੋਟੇ ਵਪਾਰੀਆਂ ਨੂੰ ਵੀ ਖੁੱਲ੍ਹ ਮਿਲੇ ਉਹ ਵੀ ਮੰਡੀਆਂ 'ਚ ਮਾਲ ਖਰੀਦਣ ਅਤੇ ਇਹ ਸਿਲਸਿਲਾ ਤਾਂ ਹੀ ਦੇਸ਼ ਤਰੱਕੀ ਵੱਲ ਜਾਵੇਗਾ। ਇਹ ਨਹੀਂ ਹੈਗਾ ਵੀ ਇੱਕ ਵਪਾਰੀ ਹੈ ਉਹ ਸਾਰੀ ਚੀਜ਼ ਇਕੱਲਾ ਖਰੀਦ ਲਏ ਅਤੇ ਜਿਵੇਂ ਮੱਝ ਮਰ ਗਈ ਅਤੇ ਚਿੱਚੜ ਪਹਿਲਾਂ ਮਰ ਜਾਂਦੇ, ਮਜ਼ਦੂਰ ਵੀ ਖਤਮ ਹੋ ਜਾਂਦੇ ਅਤੇ ਕਿਸਾਨ ਵੀ ਖਤਮ ਹੋ ਜਾਂਦੇ। ਸੋ ਇਹ ਕਿਸਾਨ ਜਿਹੜੇ ਕਿ ਆਪਣੀਆਂ ਮੰਗਾਂ ਮਨਾਉਣ ਵਾਸਤੇ ਅੱਜ ਵਿਸ਼ੇਸ਼ ਤੌਰ 'ਤੇ ਆਪਣੇ ਆਪਣੇ ਇਲਾਕਿਆਂ 'ਚੋਂ ਸ਼ੰਭੂ ਬਾਰਡਰ ਦੇ ਉੱਪਰ ਜਾ ਰਿਹਾ ਹੈ, ਇਹਨਾਂ ਨੂੰ ਆ ਕੇ ਰੋਕ ਲਿੱਤਾ ਗਿਆ, ਜਦੋਂ ਕਿ ਇਹਨਾਂ ਦਾ ਜੋ ਫੈਸਲਾ ਸੀ ਉਹ ਦਿੱਲੀ ਵੱਲ ਕੂਚ ਸੀ। ਇੱਕ ਗੱਲ ਤਾਂ ਬਿਲਕੁਲ ਸਾਫ਼ ਹੈ ਕਿ ਕਿਸਾਨ ਜਦੋਂ ਘਰ ਛੱਡ ਕੇ ਬਾਹਰ ਨਿਕਲਦਾ ਫਿਰ ਉਹ ਇੱਕ ਕਫਨ ਬਣ ਕੇ ਸਿਰ ਦੇ ਉੱਪਰ ਜਿਹੜਾ ਹੈ ਇਸ ਜੰਗ ਦੇ ਵਿੱਚ ਆਇਆ। ਅੱਜ ਇੱਕ ਬੜੀ ਜੰਗ ਜਿਹੜੀ ਹੈ, ਕਿਉਂਕਿ ਪਹਿਲਾਂ ਵੀ ਜੰਗ ਲੜੀ ਗਈ ਸੀ, ਅੱਜ ਦੂਜੀ ਵਾਰ ਫਿਰ ਇਹ ਜੰਗ ਜਿਹੜੀ ਹੈ ਇੱਥੇ ਲੜੀ ਜਾ ਰਹੀ ਹੈ। ਇਹ ਤੁਸੀਂ